ਧਰਮ ਦੇ ਨਾਂ 'ਤੇ ਨਫ਼ਰਤ ਫੈਲਾ ਰਹੇ ਲੀਡਰਾਂ 'ਤੇ ਚੋਣ ਕਮਿਸ਼ਨ ਨੇ ਸਖ਼ਤੀ ਕੀ ਵਿਖਾਈ? ਚੀਫ਼ ਜਸਟਿਸ ਆਫ ਇੰਡੀਆ ਵੱਲੋਂ ਕਿਹਾ ਗਿਆ ਕਿ ਲੱਗਦਾ ਹੈ ਚੋਣ ਕਮਿਸ਼ਨ ਦੀ ਸ਼ਕਤੀ ਵਾਪਸ ਆ ਗਈ ਹੈ। ਇਸ ਵੇਲੇ ਅਸੀਂ ਖੜ੍ਹੇ ਹਾਂ ਮੁੱਖ ਚੋਣ ਅਫਸਰ ਪੰਜਾਬ ਦੇ ਦਫ਼ਤਰ ਠੀਕ ਬਾਹਰ। ਅੱਜ ਅਕਾਲੀ ਦਲ ਦੇ ਲੀਡਰ ਅਤੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਪਹੁੰਚੇ ਸੀ ਸ਼ਿਕਾਇਤ ਲੈ ਕੇ। ਟੀਨੂ ਸਾਹਿਬ, ਅੱਜ ਚੋਣ ਅਫਸਰ ਕੋਲ ਤੁਸੀਂ ਪਹੁੰਚੇ, ਕੀ ਕੁਛ ਸ਼ਿਕਾਇਤ ਸੀ, ਕੀ ਮਾਮਲਾ ਹੈ? ਦੇਖੋ, ਤੁਸੀਂ ਪਿਛਲੇ ਇੱਕ ਡੇਢ ਸਾਲ ਤੋਂ ਸੁਣਦੇ ਆ ਰਹੇ ਹੋਣੇ ਆ ਕਿ ਸ਼ਡਿਊਲ ਕਾਸਟ ਬੱਚਿਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਇਹ ਸਰਕਾਰ ਲਗਾਤਾਰ ਖੁਰਦਪੁਰਦ ਕਰ ਰਹੀ ਹੈ, ਉਹਨੂੰ ਡਾਈਵਰਟ ਕਰ ਰਹੀ, ਉਹਦਾ ਮਿਸਯੂਜ਼ ਕਰ ਰਹੀ। ਲੇਕਿਨ ਆਹ ਹੁਣ ਨਵੀਂ ਗੱਲ ਅਸੀਂ ਜਿਹੜੀ ਆ ਵੀ ਫਰਵਰੀ ਅਤੇ ਮਾਰਚ 2019 'ਚ NDA ਸਰਕਾਰ ਨੇ 284 ਕਰੋੜ ਰੁਪਈਆ ਪੰਜਾਬ ਦੀ ਸਰਕਾਰ ਨੂੰ ਭੇਜਿਆ। ਪਹਿਲਾਂ ਛੱਡਦੀ ਹੈ 700-800 ਕਰੋੜ, ਛੱਡਤਾ ਇਹਨਾਂ ਨੇ, ਦਿੱਤਾ ਹੀ ਨਹੀਂ ਬੱਚਿਆਂ ਨੂੰ। 1,10,000 ਬੱਚੇ ਦਾ ਭਵਿੱਖ ਕਤਲ ਕਰ ਦਿੱਤਾ ਪੜ੍ਹਾਈ ਦਾ ਇਸ ਕਾਂਗਰਸ ਸਰਕਾਰ ਨੇ। ਲੇਕਿਨ ਹੁਣ ਜਿਹੜੀ ਹੈ 284 ਕਰੋੜ ਰੁਪਈਆ ਜਿਹੜਾ ਪਿਛਲੇ 2 ਮਹੀਨਿਆਂ 'ਚ ਆਇਆ ਫਰਵਰੀ ਅਤੇ ਮਾਰਚ ਵਿੱਚ, ਉਹ 284 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚ ਹੈ, ਦਿੱਤਾ ਨਹੀਂ ਗਿਆ। ਜੇ ਉਹ ਨਹੀਂ ਦਿੱਤਾ ਗਿਆ, ਬੱਚਿਆਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਬੱਚਿਆਂ ਨੂੰ ਦਾਖਲੇ ਨਹੀਂ ਮਿਲ ਰਹੇ ਕਾਲਜਾਂ 'ਚ, ਉਹ ਪੈਸੇ ਕਿੱਥੇ ਆ? ਖਜ਼ਾਨੇ 'ਚ ਕਿਉਂ ਰੱਖੇ ਆ ਤੁਸੀਂ? ਸਾਨੂੰ ਇਸ ਗੱਲ ਦਾ ਖਦਸ਼ਾ ਆ ਕਿ ਉਹ ਪੈਸਾ ਸਰਕਾਰ ਹੋਰ ਕੰਮਾਂ ਦੇ ਠੇਕੇਦਾਰਾਂ ਨੂੰ ਉਹਦੀ ਪੇਮੈਂਟ ਕਰ ਰਹੀ ਹੈ, ਅਤੇ ਉਹਦੇ ਖਿਲਾਫ ਅਸੀਂ ਵੀ ਇਹ ਇਲੈਕਸ਼ਨ ਕੋਡ ਦੀ ਉਲੰਘਣਾ ਹੈ, ਵਾਇਲੇਸ਼ਨ ਹੈ, ਕਿਉਂਕਿ ਜਿਸ ਪਰਪਜ਼ ਲਈ ਪੈਸਾ ਆਇਆ ਉਸੇ ਪਰਪਜ਼ ਲਈ ਦੇਣਾ ਚਾਹੀਦਾ। ਨੰਬਰ 2, ਕੋਈ ਐਸੀ ਐਕਟੀਵਿਟੀ ਗੌਰਮੈਂਟ ਦੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਵੋਟਰ ਪ੍ਰਭਾਵਿਤ ਹੋਵੇ। ਸੋ ਇਸ ਪੈਸੇ ਨਾਲ ਵੋਟਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ, ਤਾਂ ਉਹਨੂੰ ਰੋਕਿਆ ਜਾਵੇ। ਅਸੀਂ ਅਪੀਲ ਲੈ ਕੇ ਇਲੈਕਸ਼ਨ ਕਮਿਸ਼ਨ। ਡਾਕਟਰ ਰਾਜੂ ਨੇ ਤੁਹਾਨੂੰ ਕੀ ਕੁਛ ਕਿਹਾ, ਤਸੱਲੀ ਦਿੱਤੀ ਜਾਂ ਫਿਰ ਕੁਛ? ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਡੀ ਗੱਲ ਨੂੰ ਸੁਣਿਆ, ਔਰ ਉਹਨਾਂ ਨੇ ਸੁਣ ਕੇ ਸਾਨੂੰ ਕਿਹਾ ਵੀ ਅਸੀਂ ਇਹਤੇ ਤੁਰੰਤ ਐਕਸ਼ਨ ਕਰਦੇ ਹਾਂ, ਸਰਕਾਰ ਨੂੰ ਇਹਦੇ ਬਾਰੇ ਪੁੱਛਦੇ ਹਾਂ। ਹੁਣ ਤੁਹਾਡੇ ਸੰਗਿਆਨ 'ਚ ਆ ਗਿਆ ਮਾਮਲਾ, ਇਲੈਕਸ਼ਨ ਕਮਿਸ਼ਨ ਦੇ ਨੋਟਿਸ 'ਚ ਆ ਗਿਆ, ਅਤੇ ਹੁਣ ਸ਼ਾਇਦ ਕੋਈ ਕਾਂਗਰਸ ਸਰਕਾਰ ਨੂੰ ਕੋਈ ਸ਼ਰਮ ਆ ਜਾਵੇ, ਉਹਨਾਂ ਗਰੀਬ ਬੱਚਿਆਂ ਦੇ ਪੈਸੇ ਦੇ ਦੇਣ। ਡਾਕਟਰ ਸਾਹਿਬ, ਸਵਾਲ ਥੋੜ੍ਹਾ ਹਟ ਕੇ ਕਰਾਂਗਾ ਮੈਂ ਹੁਣ। ਕਾਂਗਰਸ ਦੇ ਕਈ ਲੀਡਰ ਜੋ ਨੇ ਧਰਮ ਦੇ ਨਾਂ 'ਤੇ ਸਿਆਸਤ ਕਰ ਰਹੇ ਨੇ, ਮੈਂ ਨਾਮ ਵੀ ਲੈ ਸਕਦੇ ਹਾਂ, ਨਵਜੋਤ ਸਿੰਘ ਸਿੱਧੂ ਨੇ ਮੁਸਲਮਾਨਾਂ ਨੂੰ ਕਿਹਾ ਕਿ ਕਾਂਗਰਸ ਨੂੰ ਵੋਟ ਕਰੋ, ਤੁਸੀਂ ਕਿਵੇਂ ਵੇਖਦੇ ਹੋ ਇਸ ਸਿਆਸਤ ਨੂੰ? ਇਹ ਹੜਬੜਾਹਟ, ਘਬਰਾਹਟ ਦੀ ਨਿਸ਼ਾਨੀ, ਹੋਰ ਕੁਛ। ਕਾਂਗਰਸ ਕੋਲ ਦੱਸਣ ਲਈ ਪੰਜਾਬ 'ਚ ਕੁਛ ਨਹੀਂ, ਨਵਜੋਤ ਸਿੱਧੂ ਨੂੰ ਜਾ ਕੇ ਬਾਹਰ ਦੱਸਣਾ ਚਾਹੀਦਾ ਵੀ ਅਸੀਂ ਪੰਜਾਬ 'ਚ ਦੇਖੋ ਜੀ ਸਾਰੇ ਕਰਜ਼ੇ ਮਾਫ਼ ਕਰਤੇ 90,000 ਕਰੋੜ ਦੇ, ਅਸੀਂ ਜੀ ਘਰ ਘਰ ਮੇਂ ਨੌਕਰੀ ਦੇ ਦੀ, ਐਸਾ ਜਾ ਕੇ ਬਤਾਏ ਕਿ ਘਰ ਘਰ ਅਸੀਂ ਨੌਕਰੀ ਦੇ ਦਿੱਤੀ ਉੱਥੇ ਪੰਜਾਬ 'ਚ ਸਾਡੀ ਕਾਂਗਰਸ ਸਰਕਾਰ ਨੇ, ਅਸੀਂ ਨਸ਼ਾਬੰਦੀ ਕਰ ਦਿੱਤੀ ਆ, ਨਸ਼ਾ ਹੈ ਨਹੀਂ ਬਿਲਕੁਲ, ਨੌਜਵਾਨ ਬੜੇ ਤੰਦਰੁਸਤ ਹੋ ਗਏ, ਅਸੀਂ ਇਹ ਕਹਿਣ ਅਸੀਂ 2,500 ਰੁਪਈਆ ਪੈਨਸ਼ਨ ਕਰ ਦਿੱਤੀ ਆ, 51,000 ਸ਼ਗਨ ਸਕੀਮ ਕਰਤੀ ਆ, ਕੀਤਾ ਤਾਂ ਕੁਛ ਵੀ ਨਹੀਂ। ਸਕੂਲ ਬੰਦ ਕਰ ਦਿੱਤੇ ਇਹਨਾਂ ਨੇ 800, ਯੂਨੀਵਰਸਿਟੀਆਂ ਬੰਦ ਕਰਤੀਆਂ, ITI ਬੰਦ ਕਰਤੀਆਂ, ਕੰਮ ਵਿਕਾਸ ਦਾ ਉੱਥੇ ਖੜ੍ਹਾ ਆ, ਬਿਜਲੀ 5 ਵਾਰੀ ਮਹਿੰਗੀ ਕਰਤੀ ਕਾਂਗਰਸ ਸਰਕਾਰ ਨੇ। ਨਵਜੋਤ ਸਿੱਧੂ ਨੂੰ ਜਾ ਕੇ ਜੋ ਕਾਂਗਰਸ ਸਰਕਾਰ ਦੀ ਕੋਈ ਕਿੱਥੋਂ ਦੀ ਪ੍ਰਾਪਤੀ ਉਹ ਦੱਸਣੀ ਚਾਹੀਦੀ ਹੈ, ਅਤੇ ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਆ ਬੇਤੁਕੀਆਂ, ਇਹ ਮੈਂ ਸਮਝਦਾ ਘਬਰਾਹਟ ਆ। ਹੁਣ ਉਹਨਾਂ ਨੂੰ ਲੱਗਦਾ ਬਈ ਵੋਟਾਂ ਨਹੀਂ ਪੈਣੀਆਂ, ਲੋਕ ਵੋਟਾਂ ਪਾਉਂਦੇ ਆ ਕੰਮ ਦੇ ਬੇਸ 'ਤੇ, ਵਿਕਾਸ ਦੇ ਬੇਸ 'ਤੇ। ਕੰਮ ਕਰਨਾ, ਵਿਕਾਸ ਕਰਨਾ ਕਾਂਗਰਸ ਦੀ ਕਦੀ ਵੀ ਪ੍ਰਾਇਓਰਿਟੀ ਨਹੀਂ ਰਹੀ। ਕਾਂਗਰਸ ਦੀ ਪ੍ਰਾਇਓਰਿਟੀ ਹਮੇਸ਼ਾ ਪਰਿਵਾਰਵਾਦ, ਅਤੇ ਕਾਂਗਰਸ ਦੀ ਪ੍ਰਾਇਓਰਿਟੀ ਜਿਹੜੀ ਆ, ਪਹਿਲ ਜਿਹੜੀ, ਉਹ ਕਰਪਸ਼ਨ 'ਤੇ ਪੈਸਾ ਰਹੀ ਹੈ। ਟੀਨੂ ਸਾਹਿਬ, ਤੁਸੀਂ ਇਸ ਗੱਲ ਨੂੰ ਕਿਵੇਂ ਵੇਖਦੇ ਹੋ? ਸ਼ਮਸ਼ੇਰ ਸਿੰਘ ਦੁਲੋਂ
ਸਿਟਿੰਗ ਐਮ ਪੀ ਨੇ ਰਾਜ ਸਭਾ ਦੀ, ਉਹਨਾਂ ਦੀ ਵਾਈਫ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਅਤੇ ਤੁਹਾਡੀ ਭਾਈਵਾਲ ਬੀਜੇਪੀ ਦੇ ਪੁਰਾਣੇ ਸਾਥੀ ਰਹੇ ਸ਼ਤਰੂਘਨ ਸਿਨਹਾ, ਉਹਨਾਂ ਦੀ ਵਾਈਫ ਨੇ ਸਪਾ ਜੁਆਇਨ ਕਰ ਲਈ, ਉਹ ਕਾਂਗਰਸ 'ਚ ਗਏ, ਉਹਨਾਂ ਨੇ ਸਪਾ ਜੁਆਇਨ ਕਰ ਲਈ। ਇੱਕ ਹਸਬੈਂਡ ਕਾਂਗਰਸ ਦੇ ਵਿੱਚ ਨੇ ਅਤੇ ਜੋ ਵਾਈਫਸ ਨੇ ਉਹ ਦੂਜੀਆਂ ਪਾਰਟੀਆਂ ਜੁਆਇਨ ਕਰ ਰਹੀਆਂ ਨੇ, ਕੀ ਚੱਕਰ ਤੁਹਾਨੂੰ ਕੀ ਲੱਗਦਾ, ਕਿਉਂ? ਇੱਕ ਘਰੋਂ ਹੀ, ਇੱਕ ਘਰ 'ਚੋਂ ਨਹੀਂ, ਹਰ ਦੋ ਇੰਡੀਵਿਜੁਅਲਸ ਦੇ ਆਪਣੇ ਫੈਸਲੇ ਹੋ ਸਕਦੇ ਆ, ਵੋਟ ਪਾਉਣ ਲਈ ਵੀ ਹੋ ਸਕਦੇ ਆ। ਲੇਕਿਨ ਮੈਡਮ ਦੁੱਲੋ ਨਾਲ ਸਾਡੀ ਗੱਲ ਹੋਈ, ਉਹ ਕਹਿੰਦੇ ਕਿ ਮੇਰੇ ਕੋਲ ਬਹੁਤ ਜਜ਼ਬਾ ਹੈ ਕੰਮ ਕਰਨ ਦਾ, ਲੇਕਿਨ ਮੈਨੂੰ ਮੌਕਾ ਨਹੀਂ ਮਿਲ ਰਿਹਾ ਕਾਂਗਰਸ ਦੇ ਵਿੱਚ, ਤਾਂ ਕਰਕੇ ਮੈਂ ਆਮ ਆਦਮੀ ਪਾਰਟੀ ਵਿੱਚ ਗਈ ਹਾਂ। ਦੇਖੋ, ਕਈ ਵਾਰੀ ਹਸਬੈਂਡ ਕਿਸੇ ਹੋਰ ਪਾਸੇ ਵੋਟ ਪਾਉਂਦਾ, ਵਾਈਫ ਕਿਤੇ ਹੋਰ ਪਾਸੇ ਪਾਉਂਦੇ, ਤਾਂ ਉਹਦਾ ਆਪਣਾ ਹੱਕ ਹੈ। ਪਰ ਮੈਂ ਦੁੱਲੋ ਸਾਹਿਬ ਦੇ ਸੰਦਰਭ 'ਚ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਜਿਹੜੇ ਕੰਮ ਕਰਨ ਵਾਲੇ ਲੀਡਰ ਸੀ, ਜਿਹੜੇ ਲੋਕਾਂ ਦੇ ਹਿੱਤ 'ਚ ਖੜਦੇ ਆ, ਉਹਨਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ, ਅਤੇ ਜਿਹੜੇ ਨਿਕੰਮੇ ਕਰਪਟ ਉਹਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਵੀ ਤੁਸੀਂ ਪੈਸੇ ਕਮਾ ਲਓ। ਅਤੇ ਉਹ ਫਿਰ ਸੁਭਾਵਿਕ ਆ ਕਿ ਸ਼ਮਸ਼ੇਰ ਸਿੰਘ ਦੁੱਲੋ ਵਰਗੇ ਸਿਆਣੇ ਅਤੇ ਪੁਰਾਣੇ ਕਾਂਗਰਸੀ, ਅਤੇ ਜਦੋਂ ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿੱਤਾ, ਨਵੇਂ ਨਵੇਂ ਬੰਦੇ ਲਿਆ ਕੇ ਤੁਸੀਂ ਅੱਗੇ ਕਰ ਰਹੇ, ਤਾਂ ਫਿਰ ਉਹਨਾਂ ਦਾ ਗੁੱਸਾ ਤਾਂ ਸਹਿਣਾ ਹੀ ਪਊਗਾ ਨਾ ਤੁਹਾਨੂੰ। ਉਹ ਵੀ ਬੋਲੇ, ਸ਼ਮਸ਼ੇਰ ਸਿੰਘ ਦੁੱਲੋ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਉੱਤੇ ਸਰਕਾਰ ਦੀ ਖਿਚਾਈ ਕਾਂਗਰਸ ਦੀ ਖਿੱਚ ਕੇ ਕੀਤੀ, ਖੁੱਲ੍ਹ ਕੇ ਕੀਤੀ, ਉਹਨਾਂ ਨੂੰ ਖੁੱਲ੍ਹ ਕੇ ਬੋਲੇ ਉਹ। ਬਾਕੀ ਤਾਂ ਬੋਲਦਾ ਹੀ ਕੋਈ ਨਹੀਂ, ਬਾਕੀ ਤਾਂ ਮਹਾਰਾਜਾ ਸਾਹਿਬ ਕੋਲ ਡਰਦੇ ਆ ਸਾਰੇ, ਜਿੱਦਾਂ ਨਾ ਪੁਰਾਣੇ ਸਮਿਆਂ 'ਚ ਹੁੰਦਾ ਸੀ ਵੀ ਮਹਾਰਾਜ ਦੀ ਸਰਕਾਰ ਆ, ਹੰਟਰ ਪਹਿਣਗੇ, ਕੋੜੇ ਪਹਿਣਗੇ, ਬਾਕੀ ਸਭ ਕੋੜਿਆਂ ਤੋਂ ਡਰਦੇ ਆ। ਉਹ ਵਿਚਾਰੇ ਸ਼ਮਸ਼ੇਰ ਸਿੰਘ ਦੁੱਲੋ ਆ ਨਿਡਰ ਬੰਦੇ, ਜਿਹਨਾਂ ਨੂੰ ਕੋਈ ਘਬਰਾਹਟ ਨਹੀਂ, ਜਿਹੜੇ ਲੋਕਾਂ ਵਾਸਤੇ ਬੋਲੇ ਆ, ਅਤੇ ਉਹਨਾਂ ਦਾ ਬੁਰਾ ਹਾਲ ਕੀਤਾ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਮੇਰਾ ਆਖਰੀ ਸਵਾਲ, ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕਿੰਨੀਆਂ ਸੀਟਾਂ ਅਕਾਲੀ ਦਲ ਜਿੱਤ ਸਕਦਾ? ਸੀ ਦੇਖੋ, ਅੱਜ ਤੋਂ 2 ਮਹੀਨੇ ਪਹਿਲਾਂ ਕਾਂਗਰਸ ਅਖਬਾਰਾਂ 'ਚ ਵੀ ਇਹ ਕਹਿੰਦੀ ਸੀ ਵੀ ਅਸੀਂ 13 ਦੀਆਂ 13 ਸੀਟਾਂ ਜਿੱਤਣੀਆਂ, ਯਾਦ, 13-0 ਕਹਿੰਦੇ ਸੀ। ਅੱਜ ਪੁੱਛੋ ਕਾਂਗਰਸ ਵਾਲਿਆਂ ਨੂੰ ਵੀ ਜਰਾ ਇੱਕ ਤੋਂ ਸ਼ੁਰੂ ਕਰਾਓ ਵੀ ਇੱਕ ਕਿਹੜੀ ਸੀਟ ਤੁਸੀਂ ਜਿੱਤਦੇ ਆ। ਅੱਜ ਪਟਿਆਲੇ ਵੀ ਇਹਨਾਂ ਦੀ ਜਾ ਰਹੀ ਆ, ਅੱਜ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਹੋਇਆ ਗੁਰਦਾਸਪੁਰ 'ਚ, ਉਹ ਪੰਥਕ ਏਰੀਆ ਆ, ਪਿਛਲੀ ਵਾਰੀ ਗੁੱਸੇ ਗਾਸੇ 'ਚ ਆ ਕੇ ਇਹਨਾਂ ਨੇ ਲੋਕਾਂ ਨੂੰ ਮਿਸਗਾਈਡ ਕਰਤਾ, ਲੋਕਾਂ ਨੂੰ ਭੜਕਾ ਦਿੱਤਾ, ਭੜਕਾ ਕੇ ਜਿੱਤ ਗਏ, ਸਰਕਾਰ ਦਾ ਪੂਰਾ ਇਹਨਾਂ ਨੇ ਦਬਦਬਾ ਬਣਾ ਕੇ ਜਿੱਤ ਲਿਆ ਉੱਥੋਂ, ਹੁਣ ਜਾ, ਹੁਣ ਗਏ ਨਾ, ਹੁਣ ਦੇਖੋ ਕੀ ਹਾਲਤ ਉਹਨਾਂ ਦੀ। ਸੋ ਕਾਂਗਰਸ ਨੂੰ ਪੁੱਛੋ ਵੀ ਹੁਣ ਤੁਹਾਡੀਆਂ ਕਿਹੜੀਆਂ, ਇੱਕ ਅਤੇ 2 ਸੀਟਾਂ ਦਾ ਦੱਸੋ ਕਿਹੜੀਆਂ, ਕੋਈ ਲੀਡਰ ਦੱਸਣ ਨੂੰ ਤਿਆਰ ਨਹੀਂ। ਹੁਣ ਕਾਂਗਰਸ ਦੇ ਆਪਣੇ ਲੀਡਰ ਕਹਿਣ ਲੱਗ ਪਿਆ ਵੀ ਅੱਧੋ ਅੱਧ ਹੋ ਜਾਣਾ, ਪਹਿਲਾਂ ਕਹਿੰਦੇ ਸੀ 13-0, ਹੁਣ ਕਹਿੰਦੇ ਨਹੀਂ ਅੱਧੋ ਅੱਧ ਹੋ ਜਾਣਾ। ਇਹ ਤਾਂ ਕਾਂਗਰਸ ਦਾ ਪੱਖ ਹੈ, ਅਕਾਲੀ ਦਲ ਕੀ ਸੋਚਦਾ? ਅਸੀਂ ਬਹੁਤ ਸੀਟਾਂ ਜਿੱਤਾਂਗੇ, ਸਭ ਤੋਂ ਵੱਧ ਸੀਟਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਜਿੱਤੂਗੀ। ਕਿੰਨੀਆਂ ਕੁ ਲੈ ਕੇ ਚੱਲੀਏ? ਸਭ ਤੋਂ ਵੱਧ ਅਸੀਂ ਜਿੱਤਣੀਆਂ, ਤੁਸੀਂ ਦੇਖਿਓ। ਚਲੋ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਹਿਸੀਲ ਪਵਨ ਕੁਮਾਰ ਟੀ ਨੂੰ ਜੋ ਕਿ ਅੱਜ ਪਹੁੰਚੇ ਸੀ ਮੁੱਖ ਚੋਣ ਅਫਸਰ ਦੇ ਕੋਲ ਸ਼ਿਕਾਇਤ ਲੈ ਕੇ, ਸ਼ਿਕਾਇਤ ਸੀ ਜੋ ਪੈਸਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਈ ਆਇਆ, ਬੱਚਿਆਂ ਦੇ ਲਈ ਆਇਆ, ਉਸ ਪੈਸੇ ਦੀ ਇਹਨਾਂ ਦੇ ਮੁਤਾਬਕ ਕਾਂਗਰਸ ਸਰਕਾਰ ਦੁਰਵਰਤੋਂ ਕਰ ਰਹੀ ਹੈ। ਹੁਣ ਇਸ ਸ਼ਿਕਾਇਤ 'ਤੇ ਕੀ ਕੁਛ ਅੱਗੇ ਕਾਰਵਾਈ ਕੀਤੀ ਜਾਵੇਗੀ, ਇਹ ਸਮਾਂ ਦੱਸੇਗਾ। ਫਿਲਹਾਲ ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 9563 9563 'ਤੇ।